SSP ਮਾਨਜੋ ਸੁਰਿੰਦਰ ਲਾਂਬਾ ਜੀ, IPS SP ਇਨਵੈਸਟੀਗੇਸ਼ਨ ਸਰਬਜੀਤ ਸਿੰਘ ਬਾਈਆ ਸਾਹਿਬ, ਅਤੇ ਦਿਸ਼ਾ ਨਿਰਦੇਸ਼ਾਂ ਹੇਠ ਜਿਹੜੀ ਸਪੈਸ਼ਲ ਕੰਪੇਨ ਚਲਾਈ ਜਾ ਰਹੀ ਹੈ ਭੈੜੇ ਪੁਰਸ਼ਾਂ ਦੇ ਖਿਲਾਫ, ਕੋਡ ਆਫ ਕੰਡਕਟ ਲੱਗੇ ਹੋਣ ਕਾਰਨ ਇੱਥੇ ਪਿੰਡ ਤਲਵਾਰੇ ਦੇ ਵਿੱਚ ਨਮੋਲੀ ਹਾਰ ਇੱਕ ਘਰ ਦੇ ਵਿੱਚ ਚੋਰੀ ਹੋ ਗਈ ਸੀ, ਜਿੱਥੋਂ ਕਾਫੀ ਮਾਤਰਾ ਵਿੱਚ ਸੋਨੇ ਦੇ ਗਹਿਣੇ ਅਤੇ ਚਾਂਦੀ ਦੇ ਗਹਿਣੇ ਜਿਹੜੇ ਆ ਉਹ ਕੋਈ ਚੋਰ ਨਾਮ ਚੋਰ ਜਿਹੜਾ ਉਹ ਚੋਰੀ ਕਰਕੇ ਲੈ ਗਿਆ ਸੀ। ਥਾਣੇ ਤਲਵਾਰੇ ਦੇ SHO ਸਰਦਾਰ ਹਰਜਿੰਦਰ ਸਿੰਘ ਜਿਹੜੇ ਉਹਨਾਂ ਨੇ ਬਹੁਤ ਮਿਹਨਤ ਕੀਤੀ, ਇਹਦੇ ਵਿੱਚ ਵੱਖ ਵੱਖ ਟੀਮਾਂ ਲਗਾ ਕੇ ਇਹਦੀ ਇਨਵੈਸਟੀਗੇਸ਼ਨ ਕੀਤੀ। ਇਹਨਾਂ ਨੂੰ ਉਹਦੇ ਵਿੱਚ ਇੱਕ ਵੱਡੀ ਪ੍ਰਾਪਤੀ ਹੋਈ ਹੈ ਵੀ ਜਿਹੜਾ ਮੇਨ ਚੋਰ ਹੈ ਜਿਹੜਾ ਉਹ ਇਹਨਾਂ ਨੇ ਅਰੈਸਟ ਕਰ ਲਿਆ, ਅਤੇ ਜਿਹੜਾ ਉਹਨਾਂ ਸਮਾਨ ਜਿੰਨਾ ਵੀ ਉੱਥੋਂ ਸੋਨੇ ਦਾ ਔਰ ਚਾਂਦੀ ਦਾ ਚੋਰੀ ਕੀਤਾ ਜੀ ਉਹ ਸਾਰਾ ਬਰਾਮਦ ਕਰ ਲਿਆ। ਅੱਜ ਅਸੀਂ ਇਹਨੂੰ ਕੋਰਟ 'ਚ ਪੇਸ਼ ਕੀਤੇ ਕਰਨ ਲੈ ਜਾ ਰਹੇ ਹਾਂ, ਅਤੇ ਉੱਥੋਂ ਇਹਨਾਂ ਦਾ ਪੁਲਿਸ ਰਿਮਾਂਡ ਲੈ ਕੇ ਹੋਰ ਵੀ ਤਫਤੀਸ਼ ਕਰਾਂਗੇ। ਇਹਨਾਂ ਕੋਈ ਹੋ ਜੇ ਹੋਰ ਕੋਈ ਚੋਰੀਆਂ ਕੀਤੀਆਂ ਹੋਣਗੀਆਂ ਤਾਂ ਉਹ ਵੀ ਬਰਾਮਦ ਕਰਨ ਦੀ ਕੋਸ਼ਿਸ਼ ਕਰਾਂਗੇ। ਜਿਹੜਾ ਪਰਿਵਾਰ ਸੀਗੇ ਕਿਤੇ ਬਾਹਰ ਗਿਆ ਹੋਇਆ ਸੀ ਆਪਣੇ ਰਿਸ਼ਤੇਦਾਰਾਂ ਦੇ ਵਿਆਹ ਦੇ ਵਿੱਚ, ਅਤੇ ਜਦੋਂ ਇਹਨੂੰ ਪਤਾ ਸੀ ਵੀ ਇਹ ਘਰ ਦੇ ਵਿੱਚ ਕੋਈ ਨਹੀਂ ਹੈ ਅਤੇ ਇਹਨੂੰ ਉੱਥੇ ਚੋਰੀ ਕਰ ਲਈ। ਇਹਨਾਂ ਦਾ ਪੜੋਸੀ ਹੈ? ਹਾਂਜੀ। ਹੁਣ ਤੱਕ ਕਿੰਨੀ ਰਿਕਵਰੀ ਹੋਈ ਹੈ? ਇਹਦੇ ਵਿੱਚ ਸਾਡੇ ਕੋਲ 8 ਤੋਲੇ ਜਿਹੜੇ ਆ ਸੋਨਾ, ਅਤੇ 28 ਤੋਲੇ ਜਿਹੜੀ ਹੈ ਨਹੀਂ ਥੋੜ੍ਹੀ 38 ਜਿਹੜੇ ਹੈਗੇ ਆ ਉਹ ਚਾਂਦੀ ਦੇ ਜਿਹੜੇ ਗਹਿਣੇ ਆ ਤੋਲੇ ਉਹ ਬਰਾਮਦ ਹੋਏ ਨੇ। ਕੋਈ ਨਕਦੀ ਕੋਈ ਪੈਸਾ ਨਹੀਂ? ਹਲੇ ਇੱਕ ਪੁੱਛਗਿੱਛ ਕੀਤੀ ਜਾ ਰਹੀ ਹੈ, ਜੇ ਕੋਈ ਹੋਰ ਵੀ ਬਰਾਮਦੀ ਹੋਈ ਤਾਂ ਤੁਹਾਨੂੰ ਜ਼ਰੂਰ ਦੱਸਾਂ। ਨਮੋਲੀ ਹਾਰ ਦਾ ਜੀ, ਉਸੇ ਪਿੰਡ ਦਾ ਮੁੰਡਾ ਜੀ। ਫਿਲਹਾਲ ਤਾਂ ਕੱਲਾ ਹੀ, ਹੋਰ ਪੁੱਛਗਿੱਛ ਕਰਕੇ ਜੇ ਕੋਈ ਹੋਰ ਕੋਈ ਨਾਲ ਦਾ ਸਾਥੀ ਹੋਏਗਾ ਤਾਂ ਉਹਨੂੰ ਅਰੈਸਟ ਕਰਨ ਦੀ ਕੋਸ਼ਿਸ਼ ਕਰਾਂਗੇ। ਨਹੀਂ, ਪਹਿਲਾਂ ਇਹਦੇ ਖਿਲਾਫ਼ ਕੋਈ ਪਰਚਾ ਰਜਿਸਟਰ ਨਹੀਂ। SSP ਮਾਨਜੋ ਸੁਰਿੰਦਰ ਲਾਂਬਾ ਜੀ, IPS SP ਇਨਵੈਸਟੀਗੇਸ਼ਨ ਸਰਬਜੀਤ ਸਿੰਘ ਬਾਈਆ ਸਾਹਿਬ, ਅਤੇ ਦਿਸ਼ਾ ਨਿਰਦੇਸ਼ਾਂ ਹੇਠ ਜਿਹੜੀ ਸਪੈਸ਼ਲ ਕੰਪੇਨ ਚਲਾਈ ਜਾ ਰਹੀ ਹੈ ਭੈੜੇ ਪੁਰਸ਼ਾਂ ਦੇ ਖਿਲਾਫ਼, ਕੋਡ ਆਫ ਕੰਡਕਟ ਲੱਗੇ ਹੋਣ ਕਾਰਨ ਇੱਥੇ ਪਿੰਡ ਤਲਵਾਰੇ ਦੇ ਵਿੱਚ ਨਮੋਲੀ ਹਾਰ ਇੱਕ ਘਰ ਦੇ ਵਿੱਚ ਚੋਰੀ ਹੋ ਗਈ ਸੀ, ਜਿੱਥੋਂ ਕਾਫੀ ਮਾਤਰਾ ਵਿੱਚ ਸੋਨੇ ਦੇ ਗਹਿਣੇ ਅਤੇ ਚਾਂਦੀ ਦੇ ਗਹਿਣੇ ਜਿਹੜੇ ਆ ਉਹ ਕੋਈ ਚੋਰ ਨਾਮ ਚੋਰ ਜਿਹੜਾ ਉਹ ਚੋਰੀ ਕਰਕੇ ਲੈ ਗਿਆ ਸੀ। ਥਾਣੇ ਤਲਵਾਰੇ ਦੇ SHO ਸਰਦਾਰ ਹਰਜਿੰਦਰ ਸਿੰਘ ਜਿਹੜੇ ਉਹਨਾਂ ਨੇ ਬਹੁਤ ਮਿਹਨਤ ਕੀਤੀ, ਇਹਦੇ ਵਿੱਚ ਵੱਖ ਵੱਖ ਟੀਮਾਂ ਲਗਾ ਕੇ ਇਹਦੀ ਇਨਵੈਸਟੀਗੇਸ਼ਨ ਕੀਤੀ। ਇਹਨਾਂ ਨੂੰ ਉਹਦੇ ਵਿੱਚ ਇੱਕ ਵੱਡੀ ਪ੍ਰਾਪਤੀ ਹੋਈ ਹੈ ਵੀ ਜਿਹੜਾ ਮੇਨ ਚੋਰ ਹੈ ਜਿਹੜਾ ਉਹ ਇਹਨਾਂ ਨੇ ਅਰੈਸਟ ਕਰ ਲਿਆ, ਅਤੇ ਜਿਹੜਾ ਉਹਨਾਂ ਸਮਾਨ ਜਿੰਨਾ ਵੀ ਉੱਥੋਂ ਸੋਨੇ ਦਾ ਔਰ ਚਾਂਦੀ ਦਾ ਚੋਰੀ ਕੀਤਾ ਜੀ ਉਹ ਸਾਰਾ ਬਰਾਮਦ ਕਰ ਲਿਆ। ਅੱਜ ਅਸੀਂ ਇਹਨੂੰ ਕੋਰਟ 'ਚ ਪੇਸ਼ ਕੀਤੇ ਕਰਨ ਲੈ ਜਾ ਰਹੇ ਹਾਂ, ਅਤੇ ਉੱਥੋਂ ਇਹਨਾਂ ਦਾ ਪੁਲਿਸ ਰਿਮਾਂਡ ਲੈ ਕੇ ਹੋਰ ਵੀ ਤਫਤੀਸ਼ ਕਰਾਂਗੇ। ਇਹਨਾਂ ਕੋਈ ਹੋ ਜੇ ਹੋਰ ਕੋਈ ਚੋਰੀਆਂ ਕੀਤੀਆਂ ਹੋਣਗੀਆਂ ਤਾਂ ਉਹ ਵੀ ਬਰਾਮਦ ਕਰਨ ਦੀ ਕੋਸ਼ਿਸ਼ ਕਰਾਂਗੇ। ਜਿਹੜਾ ਪਰਿਵਾਰ ਸੀਗੇ ਕਿਤੇ ਬਾਹਰ ਗਿਆ ਹੋਇਆ ਸੀ ਆਪਣੇ ਰਿਸ਼ਤੇਦਾਰਾਂ ਦੇ ਵਿਆਹ ਦੇ ਵਿੱਚ, ਅਤੇ ਜਦੋਂ ਇਹਨੂੰ ਪਤਾ ਸੀ ਵੀ ਇਹ ਘਰ ਦੇ ਵਿੱਚ ਕੋਈ ਨਹੀਂ ਹੈ ਅਤੇ ਇਹਨੂੰ ਉੱਥੇ ਚੋਰੀ ਕਰ ਲਈ। ਇਹਨਾਂ ਦਾ ਪੜੋਸੀ ਹੈ? ਹਾਂਜੀ। ਹੁਣ ਤੱਕ ਕਿੰਨੀ ਰਿਕਵਰੀ ਹੋਈ ਹੈ? ਇਹਦੇ ਵਿੱਚ ਸਾਡੇ ਕੋਲ 8 ਤੋਲੇ ਜਿਹੜੇ ਆ ਸੋਨਾ, ਅਤੇ 28 ਤੋਲੇ ਜਿਹੜੀ ਹੈ ਨਹੀਂ ਥੋੜ੍ਹੀ 38 ਜਿਹੜੇ ਹੈਗੇ ਆ ਉਹ ਚਾਂਦੀ ਦੇ ਜਿਹੜੇ ਗਹਿਣੇ ਆ ਤੋਲੇ ਉਹ ਬਰਾਮਦ ਹੋਏ ਨੇ। ਕੋਈ ਨਕਦੀ ਕੋਈ ਪੈਸਾ ਨਹੀਂ? ਹਲੇ ਇੱਕ ਪੁੱਛਗਿੱਛ ਕੀਤੀ ਜਾ ਰਹੀ ਹੈ, ਜੇ ਕੋਈ ਹੋਰ ਵੀ ਬਰਾਮਦੀ ਹੋਈ ਤਾਂ ਤੁਹਾਨੂੰ ਜ਼ਰੂਰ ਦੱਸਾਂ। ਨਮੋਲੀ ਹਾਰ ਦਾ ਜੀ, ਉਸੇ ਪਿੰਡ ਦਾ ਮੁੰਡਾ ਜੀ। ਫਿਲਹਾਲ ਤਾਂ ਕੱਲਾ ਹੀ, ਹੋਰ ਪੁੱਛਗਿੱਛ ਕਰਕੇ ਜੇ ਕੋਈ ਹੋਰ ਕੋਈ ਨਾਲ ਦਾ ਸਾਥੀ ਹੋਏਗਾ ਤਾਂ ਉਹਨੂੰ ਅਰੈਸਟ ਕਰਨ ਦੀ ਕੋਸ਼ਿਸ਼ ਕਰਾਂਗੇ। ਇਹਦਾ ਕੋਈ ਪਹਿਲਾਂ ਕੋਈ ਕ੍ਰਿਮੀਨਲ ਰਿਕਾਰਡ ਵੀ ਹੈ? ਨਹੀਂ, ਪਹਿਲਾਂ ਇਹਦੇ ਖਿਲਾਫ਼ ਕੋਈ ਪਰਚਾ ਰਜਿਸਟਰ ਨਹੀਂ।